ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਦੇਖੋ ਜੀ, ਮੈਂ ਜਿਹੜੇ ਬਰਨਾਲਾ ਕੈਨਲ ਕਲੱਬ ਹੈ ਜਿਹੜਾ, ਉਹਨਾਂ ਵੱਲੋਂ ਜਿਹੜਾ ਉੱਦਮ ਕੀਤਾ ਜਾ ਰਿਹਾ, ਮੈਂ ਇਹਦੀ ਮੁਬਾਰਕਬਾਦ ਦਿੰਦਾ। ਕਿਉਂਕਿ ਅੱਗੇ ਇੱਦਾਂ ਦੇ ਜਿਹੜੇ ਪ੍ਰੋਗਰਾਮ ਸੀਗੇ, ਉਹ ਜਿਹੜੇ ਵੱਡੇ ਸ਼ਹਿਰ ਨੇ, ਭਾਵੇਂ ਉਹ ਲੁਧਿਆਣਾ ਹੈਗਾ, ਚੰਡੀਗੜ੍ਹ, ਉੱਥੇ ਹੀ ਕਰਵਾਇਆ ਜਾਂਦਾ ਸੀ। ਛੋਟੇ ਸ਼ਹਿਰਾਂ 'ਚ ਵੀ ਜਿਹੜੇ ਲੋਕ ਨੇ ਇਸ ਚੀਜ਼ ਦਾ ਜਿਹੜੇ ਸ਼ੌਂਕ ਰੱਖਦੇ ਆ, ਉਹਨਾਂ ਦੇ ਮਤਲਬ ਕਿ ਛੋਟੇ ਸ਼ਹਿਰਾਂ 'ਚ ਇੱਦਾਂ ਦੇ ਜਿਹੜੇ ਮਤਲਬ ਕਿ ਉਹਨਾਂ ਨੂੰ ਜਿੱਥੇ ਇੱਦਾਂ ਦੇ ਕੰਪੀਟੀਸ਼ਨ ਹੋਣ, ਉੱਥੇ ਆਪਣੇ ਡੋਗ ਜਾਣ ਦਾ ਮੌਕਾ ਨਹੀਂ ਸੀ ਮਿਲਦਾ। ਸੋ ਮੈਂ ਕਲੱਬ ਨੂੰ ਮੁਬਾਰਕਬਾਦ ਦਿੰਦਾ, ਕਿਉਂਕਿ ਇਹ ਇੱਦਾਂ ਦਾ ਸ਼ੌਂਕ ਹੈ, ਮੈਨੂੰ ਆਪ ਨੂੰ ਬੜਾ ਸ਼ੌਂਕ ਹੈ ਇਸ ਚੀਜ਼ ਦਾ। ਮੇਰੇ ਕੋਲ ਆਪਦੇ ਕੋਲ ਘਰੇ 7-8 ਕੁੱਤੇ ਨੇ। ਸੋ ਇਹ ਸ਼ੌਂਕ ਦੀ ਤਾਂ ਜਿਹੜੀ ਗੱਲ ਹੈਗੀ ਹੈ, ਬਾਕੀ ਜਿਹੜਾ ਇਹ ਜਾਨਵਰ ਹੈ ਡੋਗ, ਮੈਂ ਕਹਿੰਦਾ ਜਿੰਨੇ ਵੀ ਆਪਾਂ ਪਾਲਤੂ ਹੋਰ ਜਾਨਵਰ ਨੇ, ਸਾਰਿਆਂ ਨਾਲੋਂ ਇਹਦੇ ਨਾਲੋਂ ਕੋਈ ਜ਼ਿਆਦਾ ਵਫ਼ਾਦਾਰ ਜਾਨਵਰ ਨਹੀਂ ਹੈ। ਸੋ ਮੈਂ ਸਾਰੇ ਕਲੱਬ ਨੂੰ, ਇਹਨਾਂ ਨੇ ਸਾਡੇ ਅੱਜ ਬਰਨਾਲੇ ਜ਼ਿਲ੍ਹੇ 'ਚ ਰੌਣਕਾਂ ਲਾਈਆਂ ਨੇਗੀਆਂ, ਸਾਨੂੰ ਵੀ, ਕਿਉਂਕਿ ਮੈਨੂੰ ਆਪ ਨੂੰ ਬੜਾ ਸ਼ੌਂਕ ਹੈ। ਮੈਂ ਢਿੱਲੋਂ ਸਾਹਿਬ ਨੂੰ ਕਿਹਾ ਸੀ ਲਾਸਟ ਈਅਰ ਮੇਰੇ ਤੋਂ ਆ ਨਹੀਂ ਸੋਇਆ ਕਿ ਜਦੋਂ ਵੀ ਪ੍ਰੋਗਰਾਮ ਹੁਣ ਕਰਵਾਓਗੇ ਮੈਨੂੰ ਦੱਸ ਕੇ ਰੱਖਿਓ, ਮੈਂ ਜ਼ਰੂਰ ਆ ਕੇ ਜਾਊਂਗਾ। ਸੋ ਮੈਨੂੰ ਉਹਨਾਂ ਨੇ, ਭਰਾ ਜੀ ਨੇ 2 ਦਿਨ ਪਹਿਲਾਂ ਦੱਸਤਾ ਸੀ। ਸੋ ਮੈਨੂੰ ਆ ਕੇ ਇੱਥੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਸੋ ਜਿੱਥੇ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਆ, ਉੱਥੇ ਮੈਂ ਸਾਰਿਆਂ ਨੂੰ, ਕਲੱਬ ਦੇ ਮੈਂਬਰਾਂ ਨੂੰ, ਸਾਰੇ ਜਿਹੜੇ ਇੱਥੇ ਆਪਣੇ ਡੋਗਸ ਨੂੰ ਲੈ ਕੇ ਆਏ ਨੇ ਸਾਥੀ, ਸਾਰਿਆਂ ਨੂੰ ਮੁਬਾਰਕਬਾਦ ਦਿੰਦਾ। ਅਤੇ ਅੱਗੇ ਤੋਂ ਵੀ ਉਮੀਦ ਕਰਦਾ ਕਿ ਇਸੇ ਤਰ੍ਹਾਂ ਇੱਥੇ ਜਿਹੜਾ ਇਹ ਪ੍ਰੋਗਰਾਮ ਦਾ ਆਯੋਜਨ ਕਰਵਾਉਂਦੇ ਰਹਿਣਗੇ, ਅਤੇ ਇਸੇ ਤਰ੍ਹਾਂ ਸਾਡੇ ਬਰਨਾਲੇ 'ਚ ਜਿਹੜੀਆਂ ਰੌਣਕਾਂ ਨੇ ਲਾਉਂਦੇ ਰਹਿਣਗੇ। ਦੇਖੋ ਜੀ, ਇਹ ਤੁਹਾਡੇ ਆਪਦੇ 'ਤੇ ਹੈ, ਸ਼ੌਂਕ ਦਾ ਕਹਿੰਦਾ ਕੋਈ ਮੁੱਲ ਨਹੀਂ ਹੁੰਦਾ, ਹੈ ਨਾ। ਜੇ ਤੁਸੀਂ ਇਕੱਲੇ ਡੋਗ ਰੱਖਣੇ ਨੇ ਤਾਂ ਆਵਾਰਾ ਸਟਰੇ ਬੜੇ ਨੇ, ਮੇਰੇ ਕੋਲ 6-7 ਤੁਸੀਂ ਤਾਂ ਜਾਣਦੇ ਹੋ, ਸਟਰੇ ਵੀ ਰੱਖੇ ਹੋਏ ਨੇਗੇ, ਜਿਹੜੇ ਬਰੀਡਸ ਵਾਲੇ ਵੀ ਰੱਖੇ ਹੋਏ ਨੇਗੇ। ਸੋ ਇਹ ਤਾਂ ਤੁਹਾਡੇ 'ਤੇ ਆ, ਤੁਸੀਂ ਨਹੀਂ ਮਹਿੰਗੇ ਰੱਖਣੇ ਚਾਹੁੰਦੇ, ਨਹੀਂ ਉੱਦਾਂ ਕਰਨਾ ਚਾਹੁੰਦੇ, ਇਕੱਲੀ ਵਫ਼ਾਦਾਰ ਨੂੰ ਰੱਖਣਾ ਤਾਂ ਸਟਰੇ ਡੋਗ ਰੱਖ ਲਓ, ਬਥੇਰੇ ਸਾਡੇ ਸੜਕਾਂ ਤੁਰੇ ਫਿਰਦੇ ਆ। ਸੋ ਇਹ ਤਾਂ ਦੇਖੋ, ਮੈਂ ਦੁਬਾਰਾ ਕਹਿੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਪਹਿਲਾਂ ਅਸੀਂ ਪੈਟਸੋ ਕਰਵਾਇਆ ਸੀ ਪਹਿਲਾਂ ਇੱਕ, ਉਸ ਤੋਂ ਬਾਅਦ ਸਾਡਾ ਜਿਹੜਾ ਬਰਨਾਲਾ ਕੈਨਲ ਕਲੱਬ ਆ, ਉਹ ਬਰਨਾਲਾ ਕੈਨਲ ਕਲੱਬ UKC ਰਾਹੀਂ ਰਜਿਸਟਰਡ ਹੋਇਆ, ਜਿਹਦੇ ਲਈ ਸਾਡੇ ਮਤਲਬ ਕਿ ਸਾਰੇ ਮੈਂਬਰਾਂ ਨੂੰ ਅਤੇ ਬਰਨਾਲਾ ਵਾਸੀਆਂ ਨੂੰ ਜਿਹੜੇ ਵਧਾਈ ਦੇ ਪਾਤਰ ਨੇ ਇਸ ਲਈ। ਅਤੇ ਇਸ ਕੰਪੀਟੀਸ਼ਨ ਦੇ ਵਿੱਚ ਬੰਗਲੌਰ, ਮਦਰਾਸ, ਗੋਆ, ਵੱਖ ਵੱਖ ਸਟੇਟਾਂ ਤੋਂ, ਹਰਿਆਣਾ, ਰਾਜਸਥਾਨ ਸਟੇਟਾਂ ਤੋਂ ਵੱਖ ਵੱਖ ਬਰੀਡਰ ਅਤੇ ਐਗਜੀਕਿਊਟਿਵ ਆਏ ਹੋਏ ਨੇ, ਅਤੇ ਜਿਹੜੇ ਵੱਖ ਵੱਖ ਆਪਣੇ ਡੋਗਸ ਲੈ ਕੇ ਆਏ ਨੇ। ਇਹਦੇ ਵਿੱਚ ਜਰਮਨ ਸ਼ੈਫਰਡ, ਲੈਬਰੇਡੋਰ, ਚਾਓ ਚਾਓ, ਗੋਲਡਨ ਰਿਟਰੀਵਰ, ਕਲਚਰ ਪੌਮ, ਪਮੇਰੀਅਨ, ਇਸ ਤਰ੍ਹਾਂ ਦੇ ਸੈਂਕੜੇ ਹੀ ਬਰੀਡ ਜਿਹੜੀਆਂ ਬਰੀਡਾਂ ਨੇ ਡੋਗ ਦੀਆਂ, ਉਹ ਇਸ ਕੰਪੀਟੀਸ਼ਨ ਦੇ ਵਿੱਚ ਆਈਆਂ ਹੋਈਆਂ। ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਵੀ ਜੀ, ਜਿਹੜੇ ਜਿਨ੍ਹਾਂ ਨੇ ਕਦੇ ਕੁੱਤੇ ਨਹੀਂ ਰੱਖੇ ਸੀਗੇ, ਉਹ ਦੇਖ ਕੇ ਮਤਲਬ ਕਿ ਉਤਸ਼ਾਹਿਤ ਹੋ ਕੇ ਕੁੱਤੇ ਖਰੀਦਣ ਵਾਲੇ ਪਾਸੇ ਨੂੰ ਵੀ ਜਾ ਰਹੇ ਨੇ, ਵੀ ਅਸੀਂ ਕੁੱਤੇ
घर घरे कुत्ता रख के एक मतलब के जिहड़ा वफादार जानवर आ सब तो वफादार जानवर मनिया जाता भी ओहदे नाल आपदी सांझ पाउण जा रहे हैं। जे कीमत दी गल करीए तां कित्थे तक दी जिहड़ी कीमत आ जे इस जानवर दी? नहीं कीमत नहीं इहदी रखी जा सकदी, इह तां अनमोल दात आ इक परमात्मा दी जिहड़ी जानवर ते कुत्ते दा ते इंसान दा सदियां पुराना रिश्ता रहा गा ते इस लई इहदी कीमत आपां दे नहीं सकदे। शौकीन दी गल करिए किन्ने तक मुल इह इहदे विच भाजी 1.5 लाख तों लै के करोड़ां रुपए तक तक दे डॉग हैगे ने जिहड़े इस मतलब के आउंदे ने गे डॉग शोआं दे विच जिन्हां दी ब्रीड ते लाइन जिन्हां दी आ कुछ बाहरों भी इन्ने मतलब के होर हैगे ने डॉग जिहड़े लवर लोग ने वो बाहरों डॉग नूं इंपोर्ट करवा के इत्थे डॉग शोआं दे विच लैके आउंदे ने। सारे भरावां दे सहयोग नाल बरनाला वासियां दे सहयोग दे नाल कंपीटीशन करवा रहे हैं जिहदे विच यूकेसी वल्लों सानू दो जज दित्ते गए ने कोमल धनोआ ते श्वेत मलिक जी वो अपनी योग्यता अनुसार जजमेंट करेंगे। बेसिकली ये जो डॉग शो ऑर्गेनाइज होते हैं ये इसलिए किए जाते हैं कि पब्लिक में अवेयरनेस फैले कि कितनी तरह की ब्रीड्स होती हैं। अप्रॉक्सीमेटली वैसे वर्ल्ड में 400 ब्रीड्स हैं लेकिन एक शो में ऑन एन एवरेज 40 ब्रीड्स के आसपास एग्जिबिट होती हैं और उन 40 ब्रीड्स में छोटे से छोटे साइज से लेके बड़े से बड़े साइज के डॉग डिफरेंट डिफरेंट टाइप के डॉग्स होते हैं। इसमें हर डॉग को स्पेलिंग पावर गॉड गिफ्ट होती है, सबकी सिंसियरिटी, उनका वर्किंग। कुछ गन डॉग्स होते हैं, कुछ हंटिंग के लिए होते हैं, कुछ एग्रेसिव होते हैं, बड़े कुछ क्यूट होते हैं, सबकी अलग अलग स्पेशलिटी है। तो डॉग शो इसलिए ऑर्गेनाइज किए जाते हैं और ये चैंपियनशिप इसलिए दी जाती है कि जिसके डॉग की क्वालिटी जितनी बेटर है, क्योंकि हर एक का ब्रीड स्टैंडर्ड है, ब्रीड स्टैंडर्ड के अकॉर्डिंगली देखा जाता है कि हेड के अकॉर्डिंगली मजल कैसा है, ईयर प्लेसमेंट्स कैसी है, डेप्थ ऑफ चेस्ट कैसी है, टॉप लाइन है, कुछ टेक्निकल चीजें होती हैं। ये हर चीज को जज करने के बाद डॉग को चैंपियनशिप में आगे बढ़ाया जाता है। सारी की सारी ब्रीड्स, जैसे मैंने बताया, ब्रीड इट मीन्स अ डॉग, डॉग कि सभी डॉग अपनी अपनी जगह बहुत अच्छे हैं। किसी के बात आती है पर्सनल लाइकिंग की, किसी को क्यूट सा छोटा सा चाहिए, किसी को मीडियम साइज डॉग चाहिए, किसी को लार्ज ब्रीड चाहिए, किसी को हैवी चाहिए। तो ये आदमी की पर्सनल अपनी लाइकिंग होती है और जो ऑलमोस्ट इंडिया में जो चीज़ें जो अवेलेबल होती हैं कॉमन ब्रीड्स के अंदर, लैब्राडोर आते हैं, जर्मन शेफर्ड्स आते हैं, डॉबरमैन आते हैं, रिट्रीवर्स आते हैं, पग आते हैं, ये कॉमन ब्रीड्स हैं जो इजीली हर शहर में मिल जाती हैं। इसके बाद रेयर ब्रीड्स में काफ़ी सारी ब्रीड्स हैं, जैसे वुलटेरियर है और आपका सलूकी है, एकता है, ये रेयर ब्रीड्स में से कुछ ब्रीड्स हैं जो कम शहरों में मिलती हैं। जो पर्टिकुलर जिनकी स्पेशलिटी है वो इंडिया में ब्रीडर्स हैं या वर्ल्ड में ब्रीडर्स हैं, वही इसको ब्रीड करते हैं। रूहानी ते काले इलम दे माहिर बीबी राजविंदर जी, सारियां समस्यावां दा हल 2 घंटे विच घर बैठे, वशीकरण करना, मुठीकरण करना या तड़वाना, विदेश यात्रा विच रुकावट, पीआर विच रुकावट, लव मैरिज प्यार च रुकावट, जेकर तुहाडा पति पत्नी धी भैण भरा किसी के वश च हन उस तो छुटकारा मैं दिलावांगी। लाटरी चाहे कोई भी होवे, 649 लोटो मैक्स या मैगा मिलियन गरंटिड निकलेगी, फोन मिलाउंदे ही तुहाडी जिंदगी सवर जावेगी। सारियां समस्यावां दा हल 1125 रुपए च गरंटी नाल कराओ। करो संपर्क बीबी राजविंदर 81 466 7009।